अंते मिले गोपाल पूरन तू परमात्मा सर्ब तेरा है खेल रोम रोम मेरा च रहे हो जैसे तेल अरमे कदे हला कदे हाली कदे मज्जियां दपाली कदे हला पिसे हाली कदे मज्जियां दपाली कदे हला कदे हाली कदे मज्जियां दपाली कदे हला पिसे हाली कदे मज्जियां दपाली कदे हट पाके बिना तड़वई दातिया तेरे केड़े केड़े दसा तेरे केड़े केड़े दसा गुण कई दातिया तेरे केड़े केड़े दसा बाबर जुलम कमाए लोक बंदी खाने पाए बाबर जुलम कमाए लोक बंदी खाने पाए आप पान तो सकती कैदी कैद चो छाए आप पान तो सकती कैदी कैद चो छाए सब तू मनुख दादी सही दातिया तेरे केड़े केड़े दसा तेरे केड़े केड़े दसा चोज कई दातिया तेरे केड़े केड़े दसा बूटा पन दा तू लाया भोज साधा नू खवाया बूटा कौम दा तू लाया भोज साधा नू सकाया तेरी कार नहीं दफल साथों जाए ना पलाया तेरी कार नहीं दफल साथों जाए ना पलाया वाली पूंजी बात कई दातिया तेरे केड़े केड़े दसा तेरे केड़े केड़े दसा चोज कई दातिया तेरे केड़े केड़े दसा वेख मक्के वाल पैर चढ़िया काजी ताई कैर देख मक्के वाल पैर चढ़िया काजी ताई कैर हर चरण कमाए काबा सकिया न ठहर हर चरण कमाए काबा सकिया न ठहर सोच कौमी इस्लाम दी वाद कई दातिया तेरे केड़े केड़े दसा तेरे केड़े केड़े दसा चोज कई दातिया तेरे केड़े केड़े दसा दीन दुनिया दे रखे आजा चन तैनू आखे दीन दुनिया दे रखे आजा चन तैनू आखे देख सच्चा उपदेश सानू कर जा सुजाखे देख सच्चा उपदेश सानू कर जा सुजाखे तेरी सिखिया दिलां ते शाह गई दातिया
ਕਿਹੜੇ ਦੱਸਾਂ, ਤੇਰੇ ਕਿਹੜੇ ਕਿਹੜੇ ਦੱਸਾਂ, ਜੋਜ ਕਈ ਦਾਤਿਆ ਤੇਰੇ ਕਿਹੜੇ ਕਿਹੜੇ ਦੱਸਾਂ। ਧੰਨ ਧੰਨ ਗੁਰੂ ਗ੍ਰੰਥ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਕਥਾਵਾਚਕ ਕੀਰਤਨੀ ਜੱਸੇ ਕੀਸਰ ਜੱਸੇ ਆਪ ਜੀ ਦੇ ਨਾਲ ਸਾਂਝ ਪਾ ਕੇ ਗੁਰੂ ਕਾ ਇਤਿਹਾਸ ਸਰਵਣ ਕਰਾ ਕੇ ਨਿਹਾਲ ਕਰ ਰਹੇ ਸਨ। ਬੇਅੰਤ ਸੰਗਤਾਂ ਵੱਲੋਂ ਇਤਿਹਾਸ ਪੇਟ ਮੱਥਾ ਟੇਕਿਆ ਜਾ ਰਿਹਾ ਹੈ। ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਜਿਹੜਾ ਖਜ਼ਾਨਾ ਚਮਾਇਆ ਸੁੱਖ ਜਾਣੇ ਸਤਿਗੁਰੂ ਜੀ ਭਰ ਕੇ ਭਰਪੂਰ ਕਰਨ, ਸਿਰ ਤੇ ਮਿਹਰ ਪ੍ਰਿਆਤ ਦੇ ਕੇ ਰੱਖਣ, ਦਰੋਂ ਕਰੋ ਖੁਸ਼ੀਆਂ ਦੇ ਖੇੜੇ ਸਤਿਗੁਰੂ ਜੀ ਬਖਸ਼ਿਆ ਨਿਹਾਲ ਕਰਨਾ। ਉਹ ਇੱਕ ਕਵਿਤਾ ਦਾ ਹੁਕਮ ਹੋਇਆ, ਕਵਿਤਾ ਕਹਿ ਕੇ ਫਿਰ ਅਗਲੇ ਜੱਸੇ ਨੂੰ ਟਾਈਮ ਦਿੱਤਾ ਜਾਏਗਾ। ਸ੍ਰੀ ਗੁਰੂ ਕਲਗੀਵਾਲ ਧਰ ਪਾਤਸ਼ਾਹ ਜੀ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਹਨਾਂ ਦਾ ਪਰਿਵਾਰ ਵਿਛੋੜਾ ਪਿਆ ਹੈ, ਉਹਨਾਂ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਹੈ। ਕਿਉਂਕਿ ਆਪ ਜੀ ਭਾਈ ਕੇਵਲ ਸਿੰਘ ਜੀ ਮਹਿਤਾ ਜਿਹੜੇ ਇਤਿਹਾਸ ਸੁਣਾ ਰਹੇ ਸਨ ਭਾਈ ਕਿ ਸੱਜਣ ਠੱਗ ਨੂੰ ਗਿਆਨ ਦੇ ਤੀਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਵੇਂ ਸਮਝਾਉਣ ਦਾ ਯਤਨ ਕੀਤਾ। ਇਸੇ ਤਰ੍ਹਾਂ ਹੀ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਹਨਾਂ ਨੇ ਤੀਰ ਦੇ ਨਿਸ਼ਾਨੇ ਦਾ ਨਾਲ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਹੈ। ਕਹਿੰਦੇ ਔਰੰਗਜ਼ੇਬ ਫਿਰ ਕੀ ਹੋਇਆ ਜੇ ਸਾਡੇ ਚਾਰ ਫਰਜ਼ੰਦ ਤੂੰ ਸ਼ਹੀਦ ਕਰ ਦਿੱਤੇ, ਕਿਉਂਕਿ ਦੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਚੁੱਕੇ ਸਨ ਔਰ ਦੋ ਸਰਹੰਦ ਦੀ ਦੀਵਾਰ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ, ਫਿਰ ਕੀ ਹੋਇਆ ਅਜੇ ਕੁੰਡਲੀਆ ਸੱਪ ਜਿਹੜਾ ਤੇਰੀ ਹਿੱਕ ਤੇ ਉੱਤੇ ਬੈਠਾ ਹੈ। ਕੀ ਕਹਿ ਰਹੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਔਰੰਗਜ਼ੇਬ ਨੂੰ ਇੱਕ ਪੱਤਰਿਕਾ ਲਿਖ ਕੇ ਜਿਹਨੂੰ ਜਫਰਨਾਮਾ ਕਹਿ ਰਹੇ ਨੇ, ਮਸਤਾਂ ਜਸਾ ਜਿਵੇਂ ਪੇਸ਼ ਕਰਿਆ ਹੈ। ਪਿਆਰ ਨਾਲ ਸਰਵਣ ਕਰੀਏ ਗਿਆਨੀ ਸਰਬਜੀਤ ਸਿੰਘ ਜੀ ਪਾਰਸ, ਸ਼ੀਤਲ ਸਿੰਘ ਜੀ ਅਣਖੀ, ਸਤਨਾਮ ਸਿੰਘ ਜੀ ਸੋਈ ਜਿਵੇਂ ਬੇਨਤੀ ਕਰ ਰਹੇ ਨੇ, ਪਿਆਰ ਨਾਲ ਸਰਵਣ ਕਰੀਏ ਬੇਨਤੀ ਹੈ। ਵੀਰ ਰਸ ਚ ਗੋਬਿੰਦ ਮਾਰ ਗਏ ਸਨੇ, ਰਸ ਚ ਗੋਬਿੰਦ ਮਾਰ ਗਏ ਸਨੇ, ਚਿੱਠੀ ਲਿਖੀ ਜੋਸ ਵਿੱਚ ਦਸ਼ਮੇਸ਼ ਨੇ, ਲਿਖੀ ਜੋਸ ਵਿੱਚ ਦਸ਼ਮੇਸ਼ ਨੇ, ਕਾਇਮ ਰਹਿਣਾ ਨਹੀਂ ਹਕੂਮਤਾਂ ਹਮੇਸ਼ ਨੇ, ਕਾਇਮ ਰਹਿਣਾ ਨਹੀਂ ਹਕੂਮਤਾਂ ਹਮੇਸ਼ ਨੇ, ਡੇਰੇ ਵਿੱਚ ਛੁਰੇ ਸੱਤ ਸੂਲੀ ਚਾੜ ਕੇ ਕੁੰਡਲੀ ਵੀਰ ਖਾਲਸਾ ਰਾਜਪੁੱਤ ਦੇ ਉਹਰਾ ਤੋਂ ਉਖਾੜ ਕੇ ਕੁੰਡਲੀ ਵੀਰ ਖਾਲਸਾ, ਤੈਨੂੰ ਫੱਪਦਾ ਔਰੰਗਜ਼ੇਬ ਨਾਮ ਨਹੀਂ, ਤੈਨੂੰ ਫੱਪਦਾ ਔਰੰਗਜ਼ੇਬ ਨਾਮ ਨਹੀਂ, ਧੋਖਾ ਕਰੇ ਬਾਦਸ਼ਾਹ ਦਾ ਕੰਮ ਨਹੀਂ, ਧੋਖਾ ਕਰੇ ਬਾਦਸ਼ਾਹ ਦਾ ਕੰਮ ਨਹੀਂ, ਰੱਬੀ ਦਰਗਾਹ ਚ ਜਿੱਤ ਦਾ ਹਰਾਮ ਨਹੀਂ, ਰੱਬੀ ਦਰਗਾਹ ਚ ਜਿੱਤ ਦਾ ਹਰਾਮ ਨਹੀਂ, ਫੁੱਲ ਕੱਚੇ ਤੋੜੇ ਟਾਣੀਓ ਤੂੰ ਝਾੜ ਕੇ ਕੁੰਡਲੀ ਵੀਰ ਖਾਲਸਾ ਰਾਜਪੁੱਤ ਦੇ ਉਜੜਾ ਤੋਂ ਅਖਾੜ ਕੇ ਕੁੰਡਲੀ ਵੀਰ ਖਾਲਸਾ, ਤੋੜ ਕਸ਼ਮਤ ਵੱਲ ਛਲ ਧਾਰ ਕੇ, ਤੋੜ ਕਸ਼ਮਤ ਵੱਲ ਛਲ ਧਾਰ ਕੇ, ਲੱਖਾਂ ਕਹਿਰ ਨਿਰਦੋਸ਼ਾਂ ਤੇ ਗੁਜ਼ਾਰ ਕੇ, ਲੱਖਾਂ ਕਹਿਰ ਨਿਰਦੋਸ਼ਾਂ ਤੇ ਗੁਜ਼ਾਰ ਕੇ, ਖੁਸ਼ ਹੋ ਰਿਹਾ ਇਹ ਚਾਰ ਬੱਚੇ ਮਾਰ ਕੇ, ਖੁਸ਼ ਹੋ ਰਿਹਾ ਇਹ ਚਾਰ ਬੱਚੇ ਮਾਰ ਕੇ, ਤੇਰੇ ਪਾਪਾ ਤੈਨੂੰ ਰੱਖ ਦੇਣਾ ਰਾੜ ਕੇ ਕੁੰਡਲੀ ਵੀਰ ਖਾਲਸਾ ਰਾਜਪੁੱਤ ਦੇ ਉਜੜਾ ਤੋਂ ਅਖਾੜ ਕੇ ਕੁੰਡਲੀ ਵੀਰ ਖਾਲਸਾ, ਉਹ ਵੇਖ ਕਿਵੇਂ ਚਮਕੌਰ ਮੋਛੇ ਪਾਏ ਮੈਂ, ਵੇਖ ਕਿਵੇਂ ਚਮਕੌਰ ਮੋਛੇ ਪਾਏ ਮੈਂ, ਨਾਰਗਨੀ ਖਾਨ ਧਰਤ ਵਛਾਏ ਮੈਂ, ਨਾਰਗਨੀ ਖਾਨ ਧਰਤ ਵਸਾਏ ਮੈਂ, ਦਿਨੇ ਤਾਰੇ ਰਾਣ ਤੱਤ ਚ ਵਖਾਏ ਮੈਂ, ਦਿਨੇ ਰਾਣ ਤੱਤ ਤੱਤ ਚ ਵਖਾਏ ਮੈਂ, ਵੱਡਿਆ ਕੀ ਤੋਲੇ ਤੀਰਾਂ ਨਾਲ ਹਾਰ ਕੇ ਕੁੰਡਲੀ ਵੀਰ ਖਾਲਸਾ ਰਾਜਪੁੱਤ ਦੇ ਉਜੜਾ ਤੋਂ ਖਾੜ ਕੇ ਕੁੰਡਲੀ ਵੀਰ ਖਾਲਸਾ, ਸੋਲੇ ਭਾਂਬੜ ਬਜਾਇਆ ਵੀ ਨਹੀਂ ਬੁੱਝਣੇ, ਸੋਲੇ ਭਾਂਬੜ ਬਜਾਇਆ ਵੀ ਨਹੀਂ ਬੁੱਝਣੇ, ਹੁਣ ਸੈਰ ਸਾਰਾ ਹੰਦ
ਸਿੰਘ ਪੁੱਜਣੇ ਉਹ ਖੂਨੀ ਸਰ ਸਰਹੰਦ ਸਿੰਘ ਪੁੱਜਣੇ ਵਾਗ ਦਾਣਿਆਂ ਵਜੀ ਤੇ ਜਹੇ ਪੁੱਜਣੇ ਵਾਗ ਦਾਣਿਆਂ ਵਜੀ ਤੇ ਜਹੇ ਪੁੱਜਣੇ ਪਾਪੀ ਮਾਰਨੇ ਕੜਾਇਆਂ ਵਿੱਚ ਕਾੜ ਕੇ ਕੁੰਡਲੀਆਂ ਵੀਰ ਖਾਲਸਾ ਰਾਜਪੁੱਟ ਦੇਊ ਰਾਜਪੁੱਟ ਦੇਊ ਰਾਜਪੁੱਟ ਦੇਊ ਜੜਾਂ ਤੋਂ ਖਾੜ ਕੇ ਕੁੰਡਲੀਆਂ ਵੀਰ ਖਾਲਸਾ ਆਜਾ ਕੱਲੇ ਨਾਲ ਜੋਰ ਅਜਮਾ ਲੈ ਤੂੰ ਆਜਾ ਕੱਲੇ ਨਾਲ ਜੋਰ ਅਜਮਾ ਲੈ ਤੂੰ ਚੁਣਵੇਂ ਸਾਥੀ ਚਾਰ ਪੰਜ ਚਾਏ ਮੰਗਾ ਲੈ ਤੂੰ ਚੁਣਵੇਂ ਸਾਥੀ ਚਾਰ ਪੰਜ ਚਾਏ ਮੰਗਾ ਲੈ ਤੂੰ ਸ਼ੇਰ ਗੁਰਮਖਾਨਾ ਆ ਕੇ ਮੱਥਾ ਲਾ ਲੈ ਤੂੰ ਸ਼ੇਰ ਗੁਰਮਖਾਨਾ ਆ ਕੇ ਮੱਥਾ ਲਾ ਲੈ ਤੂੰ ਤੇਰੀ ਲੰਕਾ ਤਾਈ ਰੱਖ ਦਿਆਂਗੇ ਸਾੜ ਕੇ ਕੁੰਡਲੀ ਅਬੀਰ ਖਾਲਸਾ ਰਾਜਪੁੱਟ ਰਹੂ ਰਾਜਪੁੱਟ ਰਹੂ ਰਾਜਪੁੱਟ ਰਹੂ ਜੜਾਂ ਤੋਂ ਖਾੜ ਕੇ ਕੁੰਡਲੀ ਅਬੀਰ ਖਾਲਸਾ ਕਿਉਂਕਿ ਸਮਾਂ ਸਮਾਪਤ ਹੈ ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਇਤਿਹਾਸ ਪੇਟ ਬੇਅੰਤ ਮਾਮਲੇ ਅਰਦਾਸੇ ਹੋਏ ਨੇ ਗੁਰੂ ਦੋਵੇਂ ਪਾਤਸ਼ਾਹ ਜੀ ਨਾਉ ਜਾਣਦੇ ਨੇ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋ ਗੁਰੂ ਗੁਰੂ ਖੁਸ਼ੀਆਂ ਬਖਸ਼ਿਸ਼ ਕਰੇ ਜਿੰਨੇ ਕਦਮ ਚੱਲ ਕੇ ਆਏ ਉਹਨੇ ਕਦਮ ਜਿੰਨੇ ਸਵਾਸ ਗੁਰੂ ਗ੍ਰੰਥ ਪਾਤਸ਼ਾਹ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਬੈਠ ਕਰਕੇ ਗੁਰੂ ਕਾ ਹਰ ਜਸ ਸਰਵਣ ਕਰਕੇ ਨਿਹਾਲ ਹੋ ਰਹੇ ਹੋ ਓਨੇ ਹੀ ਸਵਾਸ ਗੁਰਦੇਵ ਪਾਤਸ਼ਾਹ ਜੀ ਦੇ ਸਫਲੇ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰ ਸਮਾਂ ਸਮਾਪਤ ਹੈ ਆਉਣ ਵਾਲਾ ਜੱਸਾ ਭਾਈ ਬਚਨ ਸਿੰਘ ਜੀ ਅਣਖੀ ਇੱਕ ਕਵਿਤਾ ਆਪ ਜੀ ਦੇ ਅੱਗੇ ਰੱਖ ਕੇ ਆਪ ਜੀ ਕੋ ਖਿਮਾ ਲੈਣਗੇ ਬੁਲਾਓ ਫਤਿਹਗੜ੍ਹ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ